ਹਾਂਜੀ ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ। ਅੱਜ ਆਪਾਂ ਆਏ ਹੋਏ ਆ ਮੋਟਰ ਤੇ, ਕਿਉਂਕਿ ਹੁਣ ਬਹੁਤ ਰੈਸਟ ਕਰਕੇ ਆਪਾਂ ਹੁਣ ਅੱਜ ਮੋਟਰ ਤੇ ਕੰਮ ਸ਼ੁਰੂ ਹੋ ਗਿਆ ਆਪਣੇ ਖੇਤੀ ਵਾਲੇ ਤੇ। ਅੱਜ ਆਪਾਂ ਸ਼ੁਰੂ ਕਰਦੇ ਆ ਤੇ ਅੱਜ ਇੱਕ ਕੰਮ ਅਸੀਂ ਬਹੁਤ ਨੂੰ ਕਿਹਾ ਸੀ ਵੀ ਲੈ ਜਾਓ ਤੁਸੀਂ ਲੈ ਜਾਓ, ਹਨਾ ਕੋਈ ਨੀ ਲੈ ਕੇ ਗਿਆ, ਪਰ ਆਖਿਰ ਸਾਨੂੰ ਹੀ ਕਰਨਾ ਪਊ ਅੱਜ ਖਪਾ ਖਪਾਈ ਕਰਨੀ ਪਊ ਤੇ ਤੁਸੀਂ ਬਣੇ ਰਹੋ ਅੱਗੇ ਦਿਖਾਉਣੇ ਆ ਤੁਹਾਨੂੰ ਤੇ ਮੇਰੇ ਨਾਲ ਖਪਾ ਖਪਾਈ ਕਰਨ ਚ ਹੈਗਾ ਜੱਸਾ ਤੇ ਮਿਲੋ ਜੱਸੇ ਨੂੰ। ਤੇ ਇਹ ਮੇਰੇ ਨਾਲ ਹੈਲਪ ਕਰ ਰਿਹਾ, ਇਹਨੂੰ ਮੈਂ ਕਿਹਾ ਸੀ ਆਪਾਂ ਕਿਸੇ ਨੂੰ ਦੇ ਦਈਏ, ਕਹਿੰਦਾ ਨਾ ਆਪਾਂ ਹੀ ਕਹਿੰਦਾ ਕਰ ਦਾਂਗੇ ਇਹਦਾ ਕੰਮ ਤੇ ਇਹਦੀ ਹਿੰਮਤ ਨਾਲ ਅੱਜ ਇਹ ਕੰਮ ਹੋ ਰਿਹਾ, ਕਿਉਂਕਿ 2 ਸਾਲ ਹੋ ਗਏ ਮੈਨੂੰ ਲੱਗਦਾ ਇਹਨੂੰ ਪਏ ਨੂੰ ਤੇ ਤੁਸੀਂ ਬਣੇ ਰਹੋ ਅੱਗੇ ਦਿਖਾਉਣੇ ਆ ਤੁਹਾਨੂੰ। ਆਪਾਂ ਇੱਕ ਨਵਾਂ ਸੰਦ ਲੈ ਕੇ ਆਏ ਆ, ਉਹਨੂੰ ਅੱਜ ਚਲਾਉਣੇ ਆ। ਆਹ ਸੰਦ ਆਪਾਂ ਲੈ ਕੇ ਆਏ, ਅੱਜ ਚਲਾ ਕੇ ਦੇਖਦੇ ਆ। ਸਾਡਾ 2 ਸਾਲ ਹੋ ਗਏ ਇੱਥੇ ਪਏ ਨੂੰ, ਇਹਦੇ ਥੱਲੇ ਚੂਹੇ ਕੁੰਗੂ ਜਾਨਵਰ ਵੜੀ ਜਾਂਦੇ ਨੇ, ਪਰ ਇਹ ਜੱਸੇ ਦੀ ਹਿੰਮਤ ਨਾਲ ਅੱਜ ਚੱਕਿਆ ਜਾਊਗਾ, ਸ਼ਾਇਦ ਦੇਖਦੇ ਆ ਚੱਕਿਆ ਜਾਂਦਾ ਤੇ ਨਾ ਚੱਕਿਆ ਜਾਂਦਾ। ਆਹ ਚਲਾ ਕੇ ਦੇਖਦੇ ਆ ਆਪਾਂ, ਮੱਥਾ ਦੇਖ ਲਈਏ। ਦੇਖੋ ਇਹਦੇ ਥੱਲੇ ਖੱਡਾਂ ਵੀ ਨੇ, ਪਰ ਬਚ ਕੇ ਕਰਨਾ ਪਊ ਕੰਮ, ਐ ਨੀ ਪਤਾ ਇਹਦੇ ਚੋਂ ਕੀ ਨਿਕਲਿਆ ਵੇ, ਤਾਂ ਹੀ ਅਸੀਂ ਇਹਦਾ ਚੱਕਣ ਲੱਗੇ ਆ। ਇਹਦੇ ਇਹੀ ਡਰ ਹੈ ਥੱਲੇ ਇਹਦੇ, ਕਿਉਂਕਿ ਸਾਡੇ ਇੱਧਰ ਟਿੱਬੇ ਆ ਨਾ ਕੋਈ ਚੀਜ਼ ਥੱਲੇ ਬੈਠੀ ਰਹਿੰਦੀ ਹੈ ਤੇ ਦਿਖਦਾ ਹੈ ਨੀ ਥੱਲੇ, ਤੇ ਅੱਜ ਇਹਦਾ ਕੰਮ ਆਪਾਂ ਦੇਖਦੇ ਪਤਾ ਹੀ ਨੀ ਇਹਦੇ ਚੋਂ ਕੀ ਕੀ ਨਿਕਲੂਗਾ ਕਈ ਸਾਲਾਂ ਦਾ। ਹੋਰ ਇਹਨੂੰ ਇੱਥੇ ਆਪਾਂ ਬੈਠਣਾ ਹੁੰਦਾ, ਇੱਥੇ ਇੰਨਾ ਸਮਾਨ ਸਿਉਂਕ ਲੱਗੀ ਪਈ ਆ, ਉਹੀ ਟੁੱਟੀ ਜਾਂਦਾ ਹਨਾ, ਆ ਬੱਚਾ ਖੁੱਡਾ ਉਹ ਕਿੱਡੀ ਖੁੱਡਾ ਹਨਾ, ਵਿੱਚ ਪਤਾ ਹੀ ਨੀ ਲੱਗਦਾ ਕਿੱਥੋਂ ਕੀ ਨਿਕਲਿਆ ਹੋਵੇ, ਕਿੱਡੀ ਵੱਡੀ ਤਾਂ ਬੜੀ ਖੁੱਡਾ, ਬੜਾ ਖਤਰਾ ਸੀ ਆਪਾਂ ਇਹਦੇ ਕੋਲ ਬੈਠੇ ਰਹਿੰਦੇ ਸੀ। ਹੋਰ ਅੱਜ ਦਾ ਕੰਮ ਨਬੇੜਦੇ ਆ। ਆ ਦੇਖ ਇੱਕ ਉਧਰ ਤੇ ਬਹੁਤ ਖੁੱਡਾ ਨੇ, ਇਹਦਾ ਉਪਰਾ ਇੰਨੀਆਂ ਖੁੱਡਾ, ਆਹੀ ਬਹੁਤ ਅਗੜੀ ਖੁੱਡ ਲੱਗ ਰਹੀ ਹੈ ਕਾਰੀ ਵੀਰ ਜੀ। ਉਹ ਦੇਖੋ ਕਿੱਡਾ ਟੋਇਆ ਵਿੱਚ ਇਹਦੇ, ਇਹਦੇ ਵਿੱਚ ਆ ਇੱਧਰਲੇ ਦੇ ਵਿੱਚ ਆ ਰਿਹਾ, ਤਾਂ ਬਹੁਤ ਅਗੜੀ ਖੁੱਡ ਹੈ ਵੀਰ ਜੀ, ਦੇਖ ਕੇ ਲਾਇਓ ਮੜੇ ਹੱਥ ਇਹਨੂੰ ਬਹੁਤ। ਇੱਕ ਮਿੰਟ ਰੁਕੋ, ਕੀ ਹੈ ਨਾ ਉਂਝ ਜਾ ਮਿੱਟੀ ਬਹੁਤ ਜ਼ਿਆਦਾ ਇਹ ਚ, ਤਾਂ ਇਧਰ ਵੀ ਖੁੱਡਾ ਨੇ ਵੀਰ ਜੀ, ਦੇਖੋ ਉਹ ਦੇਖੋ ਵਿੱਚ ਔਰੀਆਂ, ਦੇਖੋ ਖੁੱਡਾ ਕਈ ਲਿਆ, ਕਈ ਨਾ ਪੱਟਦੇ ਆ ਇਹਨੂੰ, ਦੇਖਦੇ ਆ ਥੱਲੇ ਛਿਪਕਲੀ ਵਿੱਚ, ਮੈਂ ਦੱਸਿਆ ਦੀ ਵਿੱਚ ਹੈਗੀ ਇਧਰ ਭਾਜੀ, ਖੁੱਡੀ ਬਹੁਤ ਵੱਡੀ ਇਹਦੇ ਵਿੱਚ ਤਾਂ ਕਰੂ ਜੀ, ਬਾਹੂਬਲੀ ਆ ਤੁਸੀਂ। ਕਈ ਨਾਲ ਇਹਨੂੰ ਫੋਲ ਕੇ ਦੇਖੋ ਕੀ ਹੈਗਾ ਇਹਦੇ ਥੱਲੇ, ਮਿੱਟੀ ਆ ਨਰੀ ਥੱਲੇ ਦਾ ਜੜ ਕੇ, ਆਰਾਮ ਨਾਲ ਆਰਾਮ ਨਾਲ ਆਰਾਮ ਨਾਲ ਕਿਹੜਾ ਸਾਈਕਲ ਤੇ ਧਰ ਦੋ, ਲੈ ਕੇ ਜਾਣ ਵਾਲਾ ਬਾਹੂਬਲੀ ਦਾ ਪਿਓ ਆਉਣਾ ਪੈਣਾ, ਬਾਹੂਬਲੀ ਦਾ ਬਾਪ ਆਊਗਾ ਤਾਂ ਲੈ ਕੇ ਜਾਊਗਾ ਸਾਈਕਲ ਮਗਰ। ਦੇਖੋ ਤਾਂ ਅਸੀਂ ਕਿੱਡਾ ਵੱਡਾ ਜਗਾੜ ਹੈ, ਚੱਕ ਕੇ ਧਰ ਦੋਗੇ ਲੈ ਕੇ, ਚੱਕ ਲੋ ਚੱਕ ਲੋ ਚੱਕ ਲੋ ਚੱਕ ਲੋ, ਗਿਆ 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 ਗਿਆ, ਘੁਮਾਤਾ ਹੁਣ ਪਾਣੀ ਜੀ ਪਾਣੀ, ਲਓ ਜੀ ਕੁਛ ਤੁਹਾਨੂੰ ਇਸ ਮਸ਼ੀਨ ਬਾਰੇ ਦੱਸਦੇ ਆਪਾਂ। ਇਹਦੇ ਚ ਨਾ ਪੈਂਦਾ ਮੰਗਲੈਲ ਥੋੜਾ ਜਿਹਾ,
ਇਹ ਚ ਛੋਟੀ ਜਿਹੀ ਟੈਂਕੀ ਦਿੱਤੀ ਹੋਈ ਹੈ ਇਹਨਾਂ ਨੇ ਆਹ ਦੇਖੋ ਤੇ ਇਹ ਚ ਮਗਲੈਲ ਪੈਂਦਾ ਥੋੜਾ ਪਾਈਦਾ ਇਹਦਾ ਕੰਮ ਹੈ ਮਗਲੈਲ ਦਾ ਚੈਨ ਤੇ ਲੱਗਣ ਲਈ ਆਹ ਦੇਖੋ ਇਹ ਦੱਬ ਕੇ ਥੋੜਾ ਜਿਹਾ ਇੱਥੋਂ ਚੈਨ ਤੇ ਲੱਗ ਜਾਂਦਾ ਤੇ ਚੈਨ ਚੱਲਦੀ ਹੈ ਤੇ ਆਹ ਬਟਨ ਹੈ ਇਹਦਾ ਲੌਕ ਹੈ ਇਹ ਆਹ ਲੌਕ ਦੱਬ ਕੇ ਫਿਰ ਆਹ ਬਟਨ ਪ੍ਰੈਸ ਹੁੰਦਾ ਤਾਂ ਚੱਲਦੀ ਹੈ ਕਿਉਂਕਿ ਬੱਚਾ ਨਾ ਚਲਾ ਲਏ ਕੋਈ ਬੱਚੇ ਲਈ ਖਤਰਨਾਕ ਹੈ ਚੀਜ਼ ਬਹੁਤ ਘੈਂਟ ਹੈ ਤੇ ਵਧੀਆ ਕੰਮ ਕਰਦੀ ਹੈ ਨਹੀਂ ਤਾਂ ਸਾਡੇ ਤੋਂ 2 ਸਾਲਾਂ 'ਚ ਨਹੀਂ ਹਿੱਲਿਆ ਸੀ ਦੇਖ ਲਓ ਆਹ ਕੱਟ ਵੱਧ ਕੇ ਥੋੜ੍ਹਾ ਜਿਹਾ ਹਿਲਾ ਲਿਆ ਇੱਧਰ ਕਰ ਲਿਆ ਸੀ ਨੇ ਕੁਛ ਮਿੱਟੀ ਵੀ ਲੈ ਗਈ ਹੈ ਨਾ ਥੱਲੋਂ ਗਲ ਗੁਲ ਗਈ ਨਹੀਂ ਮਿੱਟੀ ਦਾ ਵੀ ਬਹੁਤ ਭਾਰ ਸੀ ਇਹਦੇ ਤੇ ਹੁਣ ਦੇਖਦੇ ਹਾਂ ਥੋੜ੍ਹਾ ਬਹੁਤ ਹੋਰ ਕੱਟਿਆ ਗਿਆ ਤਾਂ ਕੱਟ ਕੇ ਇਹ ਚਲੋ ਇੱਥੇ ਸਾਈਡ 'ਤੇ ਲੱਗ ਜੂਗਾ ਉੱਥੇ ਰਸਤੇ 'ਚ ਸੀਗਾ ਹਲਦਾ ਹੀ ਨਹੀਂ ਸੀਗਾ ਲਓ ਜੀ ਨੇਰੀ ਆ ਗਈ ਸੀ ਆਪਾਂ ਆ ਗਏ ਪਿੰਡ ਤੇ ਬਹੁਤ ਤੂਫਾਨ ਜਿਹਾ ਆ ਗਿਆ ਸੀ ਉੱਥੇ ਖੇਤ 'ਚ ਤਾਂ ਬਾਹਲੀ ਮਿੱਟੇ ਮਿੱਟ ਹੋ ਗਈ ਸੀ ਅਸੀਂ ਭੱਜ ਲਏ ਫਟਾਫਟ ਵੀ ਪਹੁੰਚ ਜੀ ਨੇਰੀ ਤੋਂ ਪਹਿਲਾਂ ਪਰ ਪਿੰਡ 'ਚ ਘੱਟ ਹੈ ਦੇਖੋ ਬਾਹਰ ਤਾਂ ਦੇਖੋ ਦਿਸਦਾ ਨਹੀਂ ਕੁਛ ਬਾਹਰ ਤਾਂ ਬਹੁਤ ਮਿੱਟੀ ਹੈ ਉਹ ਦੇਖੋ ਤੁਹਾਨੂੰ ਦਿਖਾਉਣਾ ਖੇਤਾਂ ਆ ਦੇਖੋ ਕਿਵੇਂ ਧੂੜ ਹੀ ਧੂੜ ਹੈ